ਜੀ ਬਾਬਾ ਜੀ ਤੁਹਾਡੇ ਕੋਲ ਅਕਸਰ ਬੇਔਲਾਦ ਜੋੜੇ ਆਨਣ ਰਸ਼ ਹੁੰਦੇ ਬਹੁਤ ਜ਼ਿਆਦਾ ਇਹੋ ਜੀ ਕੀ ਦਵਾਈ ਹੈ ਤੁਹਾਡੇ ਕੋਲ ਜਿੰਦੇ ਨਾਲ ਲੋਕਾਂ ਦੇ ਘਰ ਔਲਾਦ ਥੀ ਵਿੰਦੀ ਹੈ ਕੋਈ ਦਵਾਈ ਦਸਾਓ ਅੱਜ ਖਲਕੇ ਖੁਦਾ ਵਾਸਤੇ ਆਵਾਮ ਵਾਸਤੇ ਕੋਈ ਨੁਸਖਾ ਹੈ ਤਾਂ ਦਸਾਓ ਬਿਸਮਿਲਲਾ ਰਹਿਮਨ ਰਹਿਮ ਕਾ ਸਲਾਮ ਅਲੈਕਮ ਸਾਰੇ ਪਾਕਿਸਤਾਨ ਸਾਰੇ ਮੁਲਕਾਂ ਕਿਤੇ ਮੈਂ ਇੱਕ ਨੁਸਖਾ ਦੱਸ ਦੇਣਾ ਜਿਹੜਾ ਆਸਾਨ ਵੀ ਹੈ ਸਸਤਾ ਵੀ ਹੈ ਔਰ ਮਜ਼ੇਦਾਰ ਵੀ ਹੈ ਇਵੇਂ ਹੈ ਕਿ ਜਿਹੜੇ ਲੋਕਾਂ ਕੋ ਔਲਾਦ ਨਹੀਂ ਥਿੰਦੀ ਡਾਕਟਰ ਹਕੀਮ ਦਰਾਈ ਖੜਨ ਬਈ ਤਵਾ ਕੋ ਕੋਈ ਰਸੋਲੀ ਵਗੈਰਾ ਕਾ ਨਹੀਂ ਤੁਹਾਡੇ ਕੋ ਆਪਰੇਸ਼ਨ ਦੀ ਜ਼ਰੂਰਤ ਹੀ ਕਾ ਨਹੀਂ ਤੇ ਤਵਾ ਕੋ ਔਲਾਦ ਨਹੀਂ ਥੀ ਸਕਦੀ ਔਲਾਦ ਜ਼ਾਇਦ ਥੀ ਵਿੰਦੀ ਨਹੀਂ ਥੀਂਦੀ ਉਹਦੇ ਵਾਸਤੇ ਮੈਂ ਇੱਕ ਨੁਸਖਾ ਦੱਸਦਾ ਪਿਆ ਆਸਾਨ ਜਿਹਾ ਔਰ ਸਸਤਾ ਜਿਹਾ ਇੱਕ ਬੂਟੀ ਹੈ ਅਸਗੰਦ ਨਾ ਗੋਰੀ ਸੇਰ ਅਦ ਸੇਰ ਘਿਨ ਘਿਨਣੀ ਇਹ ਸਸਤੀ ਹੈ ਹਰ ਜੱਗ ਮਿਲ ਵਿੰਦੀ ਐ ਆਸਗਾਂਦ ਨਾਗੋਰੀ ਇਹ ਸਸਤੀ ਹੈ ਹਰ ਜੱਗ ਪਸਾਰੀ ਕੋਲ ਮਿਲ ਵਿੰਦੀ ਐ ਇਹ ਕੋ ਕੁੱਟਨੇ ਚਾਹੀ ਕੋ ਸਾਰਾ ਕੋ ਦਿੱਕਾ ਕਰ ਦੇਣੇ ਇਹ ਕੋ ਛਾਣ ਗਿਰਨੇ ਔਰ ਇਹਦੇ ਵਿੱਚ ਸ਼ੱਕਰ ਜਾਂ ਦੇਸੀ ਖੰਡ ਬਰਾਬਰ ਵਜ਼ਨੇ ਮਿਲਾ ਘਿਰਨੀ ਐ ਅਗਰ ਉਹ ਆਦ ਸੇਰ ਆਦ ਸੇਰ ਮਿੱਠਾ ਮਿਲਾਓ ਉੰਦੇ ਬਾਅਦ ਇਹ ਹੈ ਕਿ ਅੱਧੀ ਚਮਚੀ ਸਵੇਰੇ ਅੱਧੀ ਚਮਚੀ ਸ਼ਾਮ ਔਰਤ ਖਾਵੇ ਅੱਧੀ ਚਮਚੀ ਮਰਦ ਖਾਵੇ ਖੀਰ ਨਾਲ ਖਾਣੇ ਦੁੱਧ ਨਾਲ ਇਹ ਦੁੱਧ ਨਾਲ ਖਾਸੋ ਕਈ ਮਹੀਨੇ ਖਾਸੋ ਬਸ ਨਹੀਂ ਕਰਨੀ ਕੋਈ ਨੁਕਸਾਨ ਨਹੀਂ ਦਿੰਦੀ ਹਾਮਲਾ ਥੀ ਵੰਜ ਤਾਂ ਹੀ ਖਾਦੀ ਰੱਖੇ ਔਰ ਉਹਦੇ ਬਾਅਦ ਹੈ ਕਿ ਅਗਲੇ ਸਾਲ ਤੋਂ ਸਬਾਲ ਚਾ ਕੇ ਆਇਆ ਖੜੋ ਸੋ ਮਲਕ ਸਾਹਿਬ ਕੋ ਮੁਬਾਰਕਾ ਦੇ ਮਨਾਇਆ ਖੜੋ ਸੋ ਮਲਕ ਖੁਦਾ ਬੇਕੂ ਸ਼ੁਜਾਬਾ ਤਸੀਲ ਹੈ ਪੋਜੀਸ਼ਨ ਇਹ ਹੈ ਕਿ ਲੋਕਾਂ ਨੇ ਡਰਾਇਆ ਹੋਏ ਅੱਲਾਹ ਸਾਈ ਨੇ ਹਰ ਸ਼ਾਇਦ ਹੀ ਸਹੂਲਤ ਦਿੱਤੀ ਹੈ ਲੋਕ ਜਿਹੜੇ ਕੰਜੂਸ ਹਨ ਮੈਂ ਅੱਜ ਆਪਣੇ ਦਿਮਾਗ ਚ ਇੱਕ ਸਸਤਾ ਨੁਸਖਾ ਕਾਟ ਕੇ ਦਿੰਦਾ ਪਿਆ ਜਿਹੜਾ ਸਾਡੇ ਬਜ਼ੁਰਗਾਂ ਕੋਲ ਮਿਲਿਆ ਹੋਇਆ ਸਾਡੇ ਵੱਡੇ ਲੋਕ ਜਿਹੜਿਆਂ ਹਕੀਮ ਹਨ ਡਾਕਟਰ ਹਨ ਅਸਾ ਉਹਨਾਂ ਦੀ ਉਲਾਦ ਐ ਅਸਾ ਹਕੀਮ ਉਹਨੇ ਐ ਇਹ ਜਿਹੜੇ ਅੱਜ ਕੱਲ੍ਹ ਹਕੀਮ ਬਣੇ ਵਦਨ ਸਨਦ ਖਿੰਨ ਖਿੰਨਨ ਫਰਜ਼ੀ ਪੈਸੇ 2 ਲੱਖ 2 ਲੱਖ ਰੁਪਇਆ ਲਾ ਲਈ ਤਾਂ ਡਾਕਟਰ ਇਹੋ ਕੰਮ ਕੀਤੀ ਖੜੇ ਵਿੱਚ ਕਈ ਸ਼ੈ ਕਹਿ ਨਹੀਂ ਪਤਾ ਕਹਿ ਨਹੀਂ ਦਵਾਇੰਦਾ ਅੱਲਾ ਅਰਦੇ ਹੈ ਕਿ ਭਈ ਕੋਈ ਜ਼ਰੂਰਤ ਨਹੀਂ ਕਹੀ ਦੇ ਬੁਹੇ ਦੇ ਵੰਜਣ ਦੀ ਘਰ ਬੈਠੇ ਰਹੋ ਅਸ ਗਾਂਧ ਨਾ ਗੋਰੀ ਖਿੰਨੋ ਇੱਕ ਸੇਰ ਕੁਕੂ ਕੁੱਟੋ ਛਾਣੋ ਪੀਓ ਉਹਦੇ ਵਿੱਚ ਇੱਕ ਸੇਰ ਮਿੱਠਾ ਮਿਲਾਓ ਸ਼ੱਕਰ ਜਾਂ ਦੇਸੀ ਖੰਡ ਔਰ ਮਿਲਾ ਕੇ ਰੱਖ ਦਿਓ ਅੱਧੀ ਚਮਚੀ ਖਾਵਨ ਖਾਵੇ ਅੱਧੀ ਚਮਚੀ ਸ਼ਾਮ ਨੂੰ ਮਕਸਦ ਜਨਾਨੀ ਖਾਵੇ ਫੱਜਰ ਕੋ ਖਾਵਨ ਸ਼ਾਮ ਕੋ ਖਾਵਨ ਅੱਧੀ ਚਮਚੀ ਖੀਰ ਨਾਲ ਦੁੱਧ ਨਾਲ ਦੁਬਾਰਾ ਮੈਂ ਦੱਸਦਾ ਪਿਆ ਜਿਹੜੇ ਲੋਕ ਸ਼ੌਕੀਨ ਹਨ ਪਹਿਲੀ ਜ਼ਾਲ ਪੰਨਿਆਂ ਕਾਹਨੀ ਦੂਜੀ ਪੰਨਿਆਂ ਕਾਹਨੀ ਤੀਜੀ ਪੰਨਿਆਂ ਕਾਹਨੀ ਚੌਥੀ ਪੰਨਿਆਂ ਕਾਹਨੀ ਚਾਰਾਂ ਚੋਂ ਬਾਲ ਥੀ ਵਸਨ ਚਮਹਾ ਖਵਾਓ ਜਿਹੜੇ ਸ਼ੋਕੀਨ ਲੋਕ ਇਹਨਾਂ ਅਧਿਨ ਸੰਸਕਰਮ ਕਮਜ਼ੋਰ ਆਏ ਆ ਸਾਡੀ ਸ਼ਾਦੀ ਕੀਤੀ ਸਾਡੇ ਪੱਲੇ ਕਈ ਸ਼ੈ ਕੈ ਨਹੀਂ ਤੇ ਸਾਡੀ ਜ਼ਾਲਾ ਦੀ ਐਸਾ ਕੋ ਤਲਾਕ ਦਿਓ ਉਹ ਵੀ ਖਾਵੇਂ ਬਿਲਕੁਲ ਤਲਾਕ ਨਾ ਮੰਗਸੀ ਉਹ ਬੀਬੀ ਘਰ ਰਹੀ ਸੀ ਤੇ ਖੁਸ਼ੀ ਸੀ ਅੱਲਾਹ ਅੱਲਾਹ ਖੈਰ ਸਲਾ ਕੋਈ ਜ਼ਰੂਰਤ ਨਹੀਂ ਲੋਕਾਂ ਦੇ ਕੋਲ ਭੱਜਣ ਦੀ ਪੈਸੇ ਖਰਚ ਕਰਨ ਦੀ ਤੁਹਾਡੇ ਆਪਣੇ ਘਰੇ ਨੁਸਖਾ ਹੈ ਪਿਆ ਮੈਂ ਦੱਸ ਦਿੱਤੇ ਸਾਰੇ ਮੁਲਕਾਂ ਵਾਸਤੇ ਦੱਸ ਦਿੱਤੇ ਮੈਂ ਆਪਣੇ ਪਾਕਿਸਤਾਨ ਕਿਤੇ ਕਿਹਾ ਹਿੰਦੁਸਤਾਨ ਕਿਤੇ ਦੱਸਿਆ ਅਮਰੀਕਾ ਕਿਤੇ ਦੱਸਿਆ ਬਰਤਾਨੀਆ ਕਿਤੇ ਦੱਸਿਆ ਸਾਰੇ ਮੁਲਕਾਂ ਚ ਵੰਗੇ ਪਿਆ ਨੁਸਖਾ ਸਾਰੇ ਲੋਕ ਖਾਓ ਡਾਕਟਰਾਂ ਕੋਲ ਖਲ ਨਾ ਪਟਵਾਓ ਚਮੜੀ ਨਾਲ ਲਾਭਾਓ ਪੈਸੇ ਨਾ ਭਰੋ ਗਰੀਬ ਨਾ ਥਿਵੋ ਮੁਲਕ ਸਾਰੇ ਗਰੀਬ ਥਿੰਦੇ ਵਨ ਕਿਮਤਾਂ ਢੇਰ ਵਤਗਿਨ ਲੋਕ ਬੇਈਮਾਨ ਥੀ ਗਿਨ ਲੋਕਾਂ ਦਾ ਈਮਾਨ ਨਿਕਲ ਚੁਕੇ ਜਿਹੜੇ ਲੋਕ ਪਰਦੇਨ ਲਾ ਇਲਾਹ ਇਲਾਹ ਅਹਮਦ ਅਰ ਰਸੂਲ ਅ ਉਹਨਾਂ ਕੋ ਦ ਅੱਲਾ ਸਾਈ ਵਾਲੇ ਪਾਸੇ ਤਵਜੂਹ ਹੋਣੀ ਚਾਹੀਦੀ ਏ ਕਿਆ ਜ਼ਰੂਰਤ ਹੈ ਲਾਲਚ ਕਰਨ ਕਹੀਂ ਕੋ ਮਾਰਨ ਕਹੀਂ ਕੋ ਕਤਲ ਕਰਨ ਕੈ ਨਾਲ ਜ਼ੁਲਮ ਕਰਨ ਚੰਗਾ ਨਹੀਂ ਨਫਾ ਦਿਓ ਹਾਰਾਤ ਵੀ ਕੋ ਇਹ ਨੁਸਖਾ ਕਿਤਨੇ ਝਾੜੇ ਖਮਣੇ ਇਹ ਜਬ ਤੱਕ ਹੰਮਲ ਨਹੀਂ ਥਿੰਦਾ ਖਾਦੀ ਰੱਖੇ ਠੀਕ ਹੰਮਲ ਥੀਂ ਜਖਾਵਨ ਤਾਂ ਹੀ ਕੋਈ ਨੁਕਸਾਨ ਨਹੀਂ ਠੀਕ ਮਿਹਰਬਾਨ ਜੀ ਮਿਹਰਬਾਨ